ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ਬੱਚਿਓ ਸਵਾਗਤ ਹੈ ਤੇ ਅੱਜ ਆਪਾਂ ਕਰਾਂਗੇ ਜਮਾਤ 12ਵੀਂ ਦਾ ਪੈਰਾ ਰਚਨਾ ਪੈਰਾ ਰਚਨਾ ਤੁਹਾਨੂੰ 10 10 ਅੰਕਾਂ ਦੀ ਆਏਗੀ ਪੇਪਰ ਵਿੱਚ ਤੇ ਜਿਸ ਦਾ ਵਿਸ਼ਾ ਹੈ ਮੀਂਹ ਦਾ ਇੱਕ ਦਿਨ ਤੇ ਆਓ ਸ਼ੁਰੂ ਕਰਦੇ ਹਾਂ ਜੂਨ ਦਾ ਮਹੀਨਾ ਸੀ ਧਰਤੀ ਪਟਵੰਗ ਤਪ ਰਹੀ ਸੀ ਸਾਰੇ ਲੋਕ ਗਰਮੀ ਤੋਂ ਰਾਹਤ ਚਾਹੁੰਦੇ ਸਨ ਹਰ ਤਰ੍ਹਾਂ ਦੀ ਲੋਕਿਕ ਵਸੀਲੇ ਉਹਨਾਂ ਨੂੰ ਘੜੀ-ਦੋ ਘੜੀ ਹੀ ਚੈਨ ਦਿੰਦੇ ਸਨ ਪਰ ਕੁਦਰਤੀ ਤੌਰ ਤੇ ਰਾਹਤ ਦਾ ਵਸੀਲਾ ਤਾਂ ਮੀਂਹ ਹੀ ਸੀ ਸਭ ਅਸਮਾਨ ਵੱਲ ਟਿਕਟ ਕੀ ਲਾਈ ਪ੍ਰਮਾਤਮਾ ਅੱਗੇ ਮੀਂਹ ਲਈ ਪ੍ਰਾਰਥਨਾ ਕਰ ਰਹੇ ਸਨ ਅਖੀਰ ਬੱਦਲ ਪ੍ਰਮਾਤਮਾ ਦਾ ਵਰਦਾਨ ਬਣ ਕੇ ਅਸਮਾਨ ਤੇ ਆ ਪਹੁੰਚੇ ਸਾਰਿਆਂ ਨੂੰ ਮੀਂਹ ਦੀ ਆਸ ਹੋਈ ਹਵਾ ਵਿੱਚ ਹੁਣ ਪਹਿਲਾਂ ਜਿਹੀ ਗਰਮੀ ਨਹੀਂ ਸੀ ਸਾਰਾ ਵਾਤਾਵਰਨ ਸੁਹਾਵਣਾ ਹੋ ਗਿਆ ਸੀ ਮੋਰਾਂ ਦੇ ਬੋਲ ਸੁਣਾਈ ਦੇਣ ਲੱਗੇ ਸਨ ਬੱਚੇ ਵੀ ਗਲੀਆਂ ਵਿੱਚ ਰੌਲਾ ਪਾਉਂਦੇ ਸੁਣਾਈ ਦੇ ਰਹੇ ਸਨ ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ ਅਚਨਚੇਤ ਹੀ ਕਣੀਆਂ ਭੈਣ ਲੱਗ ਪਈਆਂ ਸਭ ਲੋਕ ਇਸ ਮੀਂਹ ਦਾ ਆਨੰਦ ਲੈਣ ਲਈ ਬਾਹਰ ਆ ਗਏ ਮੀਂਹ ਵਿੱਚ ਭਿੱਜ ਕੇ ਸਾਰੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ ਇਨਸਾਨ ਤਾਂ ਕੀ ਜੀਵ ਜੰਤੂਆਂ ਰੁੱਖਾਂ ਅਤੇ ਬਨਸਪਤੀ ਨੇ ਵੀ ਮੀਂਹ ਨਾਲ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਧਰਤੀ ਨੇ ਵੀ ਮਿੱਠੀ-ਮਿੱਠੀ ਸੁਗੰਧ ਫੈਲਾਉਣੀ ਸ਼ੁਰੂ ਕੀਤੀ ਕਿਸਾਨਾਂ ਨੇ ਆਪਣੀ ਆਸ ਨੂੰ ਸਫਲ ਹੁੰਦਿਆਂ ਦੇਖਿਆ ਬੱਚੇ ਮੀਂਹ ਵਿੱਚ ਖੇਡਦੇ ਖੁਸ਼ੀ ਮਨਾ ਰਹੇ ਸਨ ਉਹ ਮੀਂਹ ਦੇ ਇਸ ਦਿਨ ਦਾ ਪੂਰਾ ਆਨੰਦ ਮਾਣ ਰਹੇ ਸਨ ਸਾਰੇ ਇਹ ਮਹਿਸੂਸ ਕਰ ਰਹੇ ਸਨ ਕਿ ਪਾਣੀ ਬਿਨਾ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ ਮੀ ਨਾਲ ਮਨੁੱਖ ਦਾ ਹੀ ਨਹੀਂ ਪਸ਼ੂ ਪੰਛੀਆਂ ਰੁੱਖਾਂ ਅਤੇ ਬੇਲ ਬੁੱਟਿਆਂ ਦਾ ਜੀਵਨ ਵੀ ਵਿਕਸਿਤ ਹੁੰਦਾ ਹੈ ਚਾਰ ਚੁਫੇਰਾ ਹਰਿਆਵਲ ਨਾਲ ਭਰ ਜਾਂਦਾ ਹੈ ਇਹ ਹਰਿਆਵਲ ਹੀ ਜੀਵਨ ਦੀ ਨਿਸ਼ਾਨੀ ਹੈ ਮੀ ਜਿੱਥੇ ਵਾਤਾਵਰਨ ਨੂੰ ਜੀਵਨ ਦਿੰਦਾ ਹੈ ਉੱਥੇ ਉਹ ਇਸ ਵਿੱਚ ਖੁਸ਼ੀਆਂ ਤੇ ਉਤਸ਼ਾਹ ਵੀ ਪੈਦਾ ਕਰਦਾ ਹੈ ਮੀ ਸਾਡੇ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ ਤab ਬੱਚਿਓ ਇਹ ਸੀ ਆਪਣਾ ਪੈਰਾ ਰਚਨਾ ਮੀਂਹ ਦਾ ਇੱਕ ਦਿਨ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਸਮਝ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕ ਯੂ ਧੰਨਵਾਦ